महा मुकाबला चल रहा है 2019 लोकसभा चोणां दा और संसद तक दे सफर दी गल हो रही है। अलग अलग सीटां दी गल कर रहे हैं जिथे कि सिख कैंडीडेटां दी जे आपां गल करांगे बीजेपी वालों पंजाब तो बाहर सिर्फ एको सिख कैंडीडेट जिहड़ा उतारिया गया सीगा उह सीगा एसएस आहलूवालिया जो कि पहले भी वह दार्जिलिंग तो एमपी रह चुके ने हुण वैसट बंगाल तो पश्चिम बंगाल तो बर्धमान दुर्गापुर की सीट तो जो कि कंटेस्ट कर रहे थे ਉਹਨਾਂ ਦੇ ਜੋ ਸੀਟ ਦਾ ਉਹਨਾਂ ਜਿਹੜਾ ਮੁਕਾਬਲਾ ਹੈਗਾ ਬੜਾ ਹੀ ਫਸਵਾਂ ਮੁਕਾਬਲਾ ਚੱਲਦਾ ਪਿਆ ਹੈਗਾ ਜੇ ਆਪਾਂ ਗੱਲ ਕਰਾਂਗੇ ਤੇ ਇਸ ਟਾਈਮ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ 5,96,345 ਜਿਹੜੀ ਵੋਟਾਂ ਹੈਗੀਆਂ ਉਹ ਮਿਲ ਚੁੱਕੀਆਂ ਨੇ ਉਸ ਤੋਂ ਪਹਿਲੇ ਡਾਕਟਰ ਜਿਹੜੇ ਹੈਗੇ ਆ ਉਹ ਜਿਹੜਾ ਉਹਨਾਂ ਦੀ ਵੋਟਾਂ ਦਾ ਮਾਰਜਨ ਬਹੁਤ ਛੋਟਾ ਚੱਲ ਰਿਹਾ ਸੀਗਾ ਔਰ ਉਹਨਾਂ ਦੇ ਜਿਹੜੇ ਕੰਪੀਟੀਟਰ ਜਿਹੜੇ ਹੈਗੇ ਨੇ ਉਸ ਸਮੇਂ ਜੋ ਸੈਕਿੰਡ ਨੰਬਰ 'ਤੇ ਚੱਲ ਰਹੇ ਨੇ ਡਾਕਟਰ ਮਮਤਾਜ ਸੰਘਮਿਤਰਾ 5,93,611 ਵੋਟਾਂ ਜਿਹੜੀ ਹੈਗੀਆਂ ਉਹਨਾਂ ਨੂੰ ਮਿਲੀਆਂ ਨੇ ਯਾਨੀ ਕਿ ਟੀ ਐਮ ਸੀ ਦੇ ਉਹ ਕੈਂਡੀਡੇਟ ਨੇ ਮਮਤਾ ਬੈਨਰਜੀ ਦੀ ਉਹ ਪਾਰਟੀ ਦੇ ਕੈਂਡੀਡੇਟ ਨੇ ਔਰ ਤ੍ਰਿਣਮੂਲ ਕਾਂਗਰਸ ਤੋਂ ਇਸ ਟਾਈਮ ਜੇ ਡਿਫਰੈਂਸ ਦੀ ਗੱਲ ਕਰੀਏ ਤਾਂ ਸਿਰਫ 2734 ਸੀਟਾਂ ਦਾ ਡਿਫਰੈਂਸ ਚੱਲ ਰਿਹਾ ਹੈਗਾ ਆਹਲੂਵਾਲੀਆ ਐਸ ਐਸ ਆਹਲੂਵਾਲੀਆ ਸਾਹਿਬ ਉਹ ਅੱਗੇ ਚੱਲ ਰਹੇ ਨੇ 2734 ਵੋਟਾਂ ਦੇ ਨਾਲ ਔਰ ਆਪਾਂ ਜੇ ਗੱਲ ਕਰੀਏ ਤਾਂ 15 ਕੁ ਮਿੰਟ ਪਹਿਲੇ ਜਿਹੜਾ ਹੈਗਾ ਬੜਾ ਇੱਕ ਤਬਦੀਲੀ ਆਈ ਸੀਗੀ ਐਸ ਐਸ ਆਹਲੂਵਾਲੀਆ ਸਵੇਰ ਤੋਂ ਅੱਗੇ ਚੱਲ ਰਹੇ ਸੀਗੇ ਪਰ 15-20 ਮਿੰਟ ਪਹਿਲੇ ਉਹ 129 ਵੋਟਾਂ ਤੋਂ ਪਿੱਛੇ ਹੋ ਗਏ ਸੀਗੇ ਫਿਰ 10 ਮਿੰਟ ਬਾਅਦ ਜਿਹੜਾ ਹੈਗਾ ਫਿਰ ਪੈਂਤਰਾ ਬਦਲਿਆ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਬਦਲੀ ਅਤੇ ਸਿਰਫ ਫਿਰ ਉਹ 519 ਵੋਟਾਂ ਦੇ ਨਾਲ ਅੱਗੇ ਚੱਲਣਾ ਸ਼ੁਰੂ ਹੋ ਗਏ ਇਸ ਸਮੇਂ ਕਰੰਟਲੀ ਉਹ 2734 ਜਿਹੜੀ ਹੈਗੀ ਹੈ ਵੋਟਾਂ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਜੇ ਐਸ ਐਸ ਆਹਲੂਵਾਲੀਆ ਜਿੱਤਦੇ ਨੇ ਤਾਂ ਪੰਜਾਬ ਤੋਂ ਬਾਹਰ ਉਹ ਇਕਲੌਤੇ ਜਿਹੜੇ ਹੈਗੇ ਸਿੱਖ ਕੈਂਡੀਡੇਟ ਹੋਣਗੇ ਬਰਧਮਾਨ ਦੁਰਗਾਪੁਰ ਵੈਸਟ ਬੰਗਾਲ ਦੀ ਸੀਟ ਤੋਂ ਲਗਾਤਾਰ ਰਿਪੋਰਟ ਕਰਦੇ ਰਹਾਂਗੇ ਦੇਖਦੇ ਰਹੋ ਅਕਾਲ ਚੈਨਲ।